खबर आ रही है भिखीविंड वालों जिथे कि किसान जथेबंदियों वालों रिलायंस पेट्रोल पंप के बाहर धरना दिता गया। की कहना है किसानों का तुसी खुद देख लो। मोदी सरकार मुर्दाबाद 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 काली भाजपा मुर्दाबाद 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 सेंटर की सरकार मुर्दाबाद मुर्दाबाद। किसान है जो उतों का घट तो घट छोटे तो छोटा किसान जो 20 किलियां का वा वो अजे तक आपके सिर के उत्ते छत नहीं पा सकया जिथे मंडीकर नहीं हैगा। इतने छो जिहड़ा पंजाब दे विच किसान आ 2-2.5 किलियां तो वध किसान नहीं गा, दसो जिहड़ा 20 किलियां वाला कुछ नहीं कर सकता इतने साडा किसान ये की करूगा। बिल्कुल मारू नीतियां वा सरकार दियां, ना असी किहे सरकारां नूं नहीं चंगियां समझदे, ना अकाली नूं ना कांग्रसियां नूं किहे सरकार नूं चंगियां नहीं समझे, ना इहनां दियां नीतियां सारे ये आपका जिहड़ा हुण 22 वाला इलैक्शन आउण वाला वा ਉਹਦੇ ਵਾਸਤੇ ਕਰੀ ਜਾਂਦੇ ਵੀ ਅਸੀਂ ਕਿਸਾਨਾਂ ਦੇ ਨਾਲ ਹਾਂ ਕਿਸਾਨਾਂ ਦੇ ਨਾਲ ਹਾਂ। ਜਿਸ ਟਾਈਮ 'ਤੇ ਇਹਨਾਂ ਸਾਈਨ ਕੀਤੇ ਆ ਬਾਦਲ ਪਰਿਵਾਰ ਨੇ ਸਾਈਨ ਕੀਤੇ ਆ ਉਹ ਆਉਂਦਾ ਮੈਂ ਪੜ੍ਹਿਆ ਹੀ ਨਹੀਂ ਗਾ। ਮੰਨ ਲਓ ਜਿਹੜਾ ਮੁੱਖ ਮੰਤਰੀ ਅਹੁਦੇਦਾਰ ਆ ਉਹ ਆਖੇ ਮੈਂ ਸਾਈਨ ਕਰਕੇ ਮੈਂ ਪੜ੍ਹਿਆ ਹੀ ਨਹੀਂ ਗਾ, ਪੜ੍ਹਿਆ ਹੀ ਨਹੀਂ ਗਾ ਪੜ੍ਹ ਕੇ ਸਾਈਨ ਕਰਤੇ ਜਿਹੜੇ ਇਹ ਕੋਈ ਗੱਲ ਮੰਨਣ ਵਾਲੀ ਆ? ਇਹ ਜਾਣ ਕੇ ਜਿਹੜਾ ਕਿਸਾਨਾਂ ਨੂੰ ਗੁੰਮਰਾਹ ਕਰਨ ਦੇ ਆ। ਇਹਦੇ ਵਿੱਚ ਜਿੰਨਾ ਚਿਰ ਤੱਕ ਸਾਡੀ ਕਿਸਾਨ ਉੱਤੋਂ ਜਥੇਬੰਦੀਆਂ ਦੀ ਮੀਟਿੰਗਾਂ ਦੇ ਵਿੱਚ ਜੋ ਵੀ ਮਸਲਾ ਚੱਲੂਗਾ ਉਹ ਅਸੀਂ ਲਵਾਂਗੇ, ਉਹਨਾਂ ਚਿਰ ਤੱਕ ਸਾਡਾ ਇਹ ਅਣਮਿੱਥੇ ਸਮੇਂ ਵਾਸਤੇ ਇਹ ਜਿਹੜਾ ਸੰਘਰਸ਼ ਜਾਰੀ ਰਹੂਗਾ ਇੱਥੋਂ ਦਾ ਜਿਹੜਾ ਪੰਪ ਦਾ। ਜੇ ਸਾਡੀ ਹੋਰ ਵੀ ਕਿਤੇ ਡਿਊਟੀ ਲੱਗੂਗੀ ਅਸੀਂ ਆਪਣੇ ਜਥੇਬੰਦੀ ਦੇ ਆਗੂ ਪਿੰਡਾਂ ਦੇ ਵਰਕਰ ਸਾਰੇ ਆ ਉੱਥੇ ਅਸੀਂ ਬੀਬੀਆਂ ਸਮੇਤ ਬੱਚੇ ਸਮੇਤ ਲੈ ਕੇ ਪਹੁੰਚਾਂਗੇ ਜੀ। ਬਹੁਤ ਬਹੁਤ ਧੰਨਵਾਦ ਜੀ। ਭਿੱਖੀਵਿੰਡ ਤੋਂ ਰੋਹਿਤ ਦੀ ਰਿਪੋਰਟ, ਲਾਈਵ ਭਾਰਤ।